ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ? ਅੱਜ ਕਰਦੇ ਹਾਂ ਆਪਾਂ ਹੋਲੈਂਡ 36D ਦਾ ਰਿਵਿਊ, ਤੁਹਾਨੂੰ ਦੱਸਦੇ ਹਾਂ ਹੈ ਨਾ। ਇੰਜਣ ਦਾ ਵੀਰੇ ਇਹਦਾ ਹੈਗਾ ਰੂਟਰ ਪੰਪ, ਹੈ ਨਾ, ਇਹਦਾ ਰੂਟਰ ਪੰਪ ਆਉਂਦਾ ਵਾ, ਸਭ ਤੋਂ ਬੈਸਟ ਰੂਟਰ ਪੰਪ ਹੈ ਇਹਦਾ, ਯਾਨੀ ਕਿ ਵੀ ਬਹੁਤ ਵਧੀਆ ਵਾ। ਰੂਟਰ ਪੰਪ 'ਚ ਕਦੇ ਇਹਨਾਂ 'ਤੇ ਕੰਪਲੇਂਟ ਨਹੀਂ ਆਉਂਦੀ, ਬਹੁਤ ਵਧੀਆ ਚੀਜ਼ ਆ ਅਤੇ ਬਹੁਤ ਵਧੀਆ ਚੱਲਿਆ ਟਰੈਕਟਰ, ਪੂਰੀ ਸੋਹਣੀ ਪਰਫੋਰਮੈਂਸ ਸੀਗੀ ਇਹਦੇ 'ਤੇ, ਅਤੇ ਕੋਈ ਵੀ ਚੀਜ਼ ਦੀ ਕਮੀ ਨਹੀਂ ਸੀ। ਇਹਨਾਂ ਨੇ ਪਲੇਟਫਾਰਮ ਉੱਚਾ ਕਰਤਾ, ਪਲੇਟਫਾਰਮ ਉੱਚਾ ਕਰਨ ਤੋਂ ਬਾਅਦ ਅਤੇ ਬੰਦੇ ਨੂੰ ਜਿਹੜਾ ਲੰਬਾ ਬੰਦਾ ਘੱਟ ਆ ਉਹਨੂੰ ਬੈਠਣ ਬੁੱਠਣ ਨੂੰ ਆਰਾਮਦਾਇਕ ਹੋ ਗਿਆ। ਅਤੇ ਲੈਫਟ ਲੁਫਟ ਦੀ ਇਹਦੀ ਲੈਫਟ ਦੀ ਕਪੈਸਿਟੀ ਇਹਦੀ ਊਂ ਤਾਂ 1800 ਹੀ ਆ, ਅਤੇ 300 ਹੀ ਵੱਧਦੀ ਆ ਉਹਦੇ ਨਾਲ ਤਾਂ ਜੈਕ ਨਾਲ, ਹੈ ਨਾ, 2200 ਦੀ ਕਪੈਸਿਟੀ ਬਣਦੀ ਹੈ ਇਹਦੀ। ਅਤੇ ਇੱਕ ਇਹਨਾਂ ਦੀ ਕਟਾਈ ਘੱਟ ਆ, ਜੌਂਡੀਅਰ ਨਾਲੋਂ ਮੁੜਦਾ ਘੱਟ ਆ ਇਹ, ਹੈ ਨਾ। ਅਤੇ ਬਾਕੀ ਸਾਰਾ ਟਰੈਕਟਰ ਓਵਰਹਾਲ ਪੂਰਾ ਵਧੀਆ ਚੱਲਿਆ, ਕੋਈ ਵੀ ਪ੍ਰੋਬਲਮ ਨਹੀਂ ਆਈ, ਅਤੇ ਬਹੁਤ ਸੋਹਣਾ ਚੱਲਿਆ, ਹੈ ਨਾ, ਟਰੈਕਟਰ। ਅਤੇ ਬਸ ਬਾਕੀ ਤਾਂ ਪੂਰੀ ਵਧੀਆ ਪਰਫੋਰਮੈਂਸ ਆ। ਤੇਲ ਖਰਚਾ ਵੀ ਬਹੁਤ ਜਾਇਜ਼ ਆ, ਦੂਜਿਆਂ 'ਚ ਜਿੰਨਾ ਹੀ ਖਾਂਦਾ ਤੇਲ ਖਰਚਾ ਆਪਣਾ। ਜੇ ਹੁਣ ਰੋਟਾਵੇਟਰ 6 ਤੋਂ 6 ਸਾਢੇ 6-7 ਲੀਟਰ ਦੇ ਨੇੜੇ ਖਾਂਦਾ ਹੀ ਵੱਡੇ ਰੋਟਾਵੇਟਰਾਂ ਦੇ, ਜਿਵੇਂ ਮੱਕੀ 'ਚ ਬਾਈ ਧੂੰਆਂ ਵੀ ਨਿਕਲਦਾ ਸੀ, ਅਤੇ ਇੰਨਾ ਕੁ ਤਾਂ ਹੁਣ ਵੀ ਖਾਊਗਾ ਪਲਾਓ ਵਾਲਿਆਂ 'ਤੇ। ਜਿਵੇਂ ਪਲਾਓ ਵਾਲਿਆਂ 'ਤੇ ਖਾਊਗਾ ਉਹ ਤੁਹਾਨੂੰ ਦੱਸਾਂਗੇ ਵੀ ਕਿਵੇਂ ਪਰਫੋਰਮੈਂਸ ਦਿੰਦਾ, ਠੀਕ ਨਹੀਂ। ਇੰਨਾ ਕੁ ਤੇਲ ਤਾਂ ਇਹਨੇ ਖਾਣਾ ਹੀ ਖਾਣਾ ਬਾਈ, ਕਿਉਂਕਿ ਜਿਵੇਂ ਹੁਣ ਸਵੇਰੇ ਸਾਜਰੇ ਚੱਲ ਪੈਂਦਾ ਸੀਗਾ, ਹੈ ਨਾ, ਅਤੇ 2 ਤੋਂ 2:30 ਵਜੇ ਤੇਲ ਮੰਗਦਾ ਹੁੰਦਾ ਸੀ ਸਵੇਰੇ, ਜਿਵੇਂ 6 ਕੁ ਵਜੇ ਚੱਲ ਕੇ, ਤਾਂ ਪਰਫੋਰਮੈਂਸ ਦੋਨਾਂ ਦੀ ਬੈਸਟ ਸੀਗੀ ਅਤੇ ਬਹੁਤ ਵਧੀਆ ਚੱਲਦੇ। ਆਹ ਟਰੈਕਟਰ ਬਾਰੇ ਬਹੁਤ ਸਵਾਲ ਆ ਵੀਰਾਂ ਦੇ, ਬਹੁਤ ਵੀਰੇ ਕਿਵੇਂ ਚੱਲਦਾ, ਕੀ ਆ, ਕਿਵੇਂ ਨਹੀਂ ਹੈਗਾ। ਵੀਰੇ ਬਹੁਤ ਸੋਹਣਾ ਟਰੈਕਟਰ ਆ, ਠੀਕ ਆ ਨਾ। ਇਹਦੀ ਰੀਸ ਨਹੀਂ ਹੈਗੀ, ਇਹ ਆਪਦੀ ਜਗ੍ਹਾ ਬਹੁਤ ਸੋਹਣਾ ਟਰੈਕਟਰ ਚੱਲਦਾ, ਅਤੇ ਕੁਆਲਿਟੀ ਵੀ ਵਧੀਆ ਵਾ, ਅਤੇ ਹਰ ਇੱਕ ਪੱਖੋਂ ਸਹੀ ਆ ਟਰੈਕਟਰ, ਮੈਨੂੰ ਤਾਂ ਸਹੀ ਲੱਗਦਾ। ਜਿੱਡੀ ਪਾਵਰ ਦਾ ਆਪਾਂ ਨੂੰ ਉਹਨਾਂ ਨੇ ਕਹਿ ਕੇ ਦਿੱਤਾ, ਉੱਡੀ ਪਾਵਰ ਤੱਕ ਦਾ ਵਧੀਆ ਜ਼ੋਰ ਲਾਉਂਦਾ, ਅਤੇ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ, ਅਤੇ ਸੋਹਣਾ ਚੱਲਿਆ, ਸਾਰਾ ਕੱਦੂ ਇਹਦੇ ਨਾਲ ਹੋਇਆ। ਦੇਖੋ ਰੰਗ ਦੀ ਕੁਆਲਿਟੀ ਵੀ ਇਹਦੀ ਦੂਜੇ ਨਾਲੋਂ ਵਧੀਆ ਸੀ, ਅਤੇ ਇਹ ਝਰੀਟਾਂ ਝਰੂਟਾਂ ਤਾਂ ਜ਼ਰੂਰ ਪਈਆਂ, ਪਰ ਇਹ ਹੁਣ ਪਈਆਂ ਕਰਚਿਆਂ ਨਾਲ, ਹੈ ਨਾ, ਹੁਣ ਇਹਦਾ ਕੁਛ ਕਰ ਨਹੀਂ ਸਕਦੇ ਆਪਾਂ ਝਰੀਟਾਂ ਝਰੂਟਾਂ ਦਾ, ਹੈ ਨਾ। ਅਤੇ ਬਾਕੀ ਰੰਗ ਰੁੰਗ ਹੁਣ ਕਿਤੋਂ ਨਹੀਂ ਲਿਆ, ਸਾਰਾ ਓਕੇ ਕੰਡੀਸ਼ਨ, ਅਤੇ ਚਲਾਉਣ ਦੇ ਵਿੱਚ ਵੀ ਬਹੁਤ ਵਧੀਆ ਚੱਲਿਆ, ਅਤੇ ਕਿਤੇ ਕੋਈ ਪ੍ਰੋਬਲਮ ਨਹੀਂ ਆਈ। ਤੁਸੀਂ ਸਾਰਾ ਦੇਖ ਸਕਦੇ ਹੋ, ਜਿਵੇਂ ਕੱਦੂ ਕਰਿਆ ਉਦੋਂ ਬਾਅਦ ਉਵੇਂ ਹੀ ਖੜ੍ਹਾ ਵਾ ਟਰੈਕਟਰ, ਕੁਛ ਨਹੀਂ ਕੀਤਾ ਉਦੋਂ ਬਾਅਦ, ਅਤੇ ਪੂਰੀ ਬੈਸਟ ਪਰਫੋਰਮੈਂਸ ਸੀਗੀ ਟਰੈਕਟਰ ਦੀ। ਕੋਈ ਵੀ ਇੱਕ ਵੀ ਚੀਜ਼ ਦਾ ਲਾਂਭਾ ਨਹੀਂ ਹੈ ਟਰੈਕਟਰ ਦਾ, ਠੀਕ ਨਹੀਂ, ਵੀ ਹਾਂ ਆਪਾਂ ਕਹਿ ਸਕੀਏ ਵੀ ਜਾਂ ਕੁਛ ਵੀ, ਹੈ ਨਾ, ਨਹੀਂ। ਸਲਾਂਸਰ ਆਪਾਂ ਪਹਿਲਾਂ ਬਦਲਿਆ ਸੀਗਾ, ਫਿਰ ਰੋਟਾਵੇਟਰ 'ਤੇ ਚੱਲਦਾ ਹੀ ਆਵਾਜ਼ ਡਾਟ ਵਾਲਾ ਪਾਉਂਦਾ ਸੀ, ਅਤੇ ਫਿਰ ਆਪਾਂ ਚੇਂਜ ਕਰਤਾ, ਅਤੇ ਹੁਣ ਵੀ ਆਪਾਂ ਬਦਲਣਾ ਨਹੀਂ ਹੈਗਾ ਉਹ, ਤਾਂ ਕਰਕੇ ਕਿਉਂਕਿ ਵੀ ਇਹੀ ਸਲਾਂਸਰ ਫਿਰ ਚੱਲੂਗਾ, ਕਿਉਂਕਿ ਰੋਟਾਵੇਟਰ 'ਤੇ ਹੀ ਚੱਲਣਾ, ਰੋਟਾਵੇਟਰ ਹੀ ਪੈ ਜਾਣਾ ਇਹਦੇ ਮਗਰ ਫਿਰ, ਅਤੇ 8 ਫੁੱਟਾ ਪਾਵਾਂਗੇ, 8 ਫੁੱਟੇ ਤੋਂ ਵੱਡਾ ਨਹੀਂ ਇਹਨੇ ਖਿੱਚਣਾ ਰੋਟਾਵੇਟਰ, ਇਹ ਵੀ 8 ਫੁੱਟਾ ਹੀ ਖਿੱਚਦਾ, ਅਰਜਨ ਵੀ 8 ਫੁੱਟਾ ਹੀ ਖਿੱਚੂਗਾ, ਠੀਕ ਨਹੀਂ। ਅਤੇ ਜਿਹੜਾ ਆਪਣਾ ਉਹ ਜੌਂਡੀਅਰ 53-10 ਉਹਦੇ ਮਗਰ ਪਾਵਾਂਗੇ 9 ਫੁੱਟਾ, 54-5 ਦੇ ਮਗਰ ਪਊਗਾ 10 ਫੁੱਟਾ, ਠੀਕ ਨਹੀਂ। ਐਵੇਂ ਰੋਟਾਵੇਟਰ ਆਪਾਂ ਜਿੱਡੀ ਪਾਵਰ ਦੇ ਹੈਗੇ ਆ ਟਰੈਕਟਰ, ਉਸ ਮੁਤਾਬਕ ਹੀ ਰੋਟਾਵੇਟਰ ਪਾਉਂਦੇ ਹਾਂ, ਉਦੋਂ ਬਿਨਾਂ
ਬਿਨਾ ਨਹੀਂ ਆਪਾਂ ਰੋਟਾਵੀਟਰ ਆਉਂਦੇ। ਅਤੇ ਬਾਕੀ ਚਲੋ ਜਿੱਦਾਂ ਵੀ ਹੈਗਾ ਤੁਹਾਨੂੰ ਪਰਫੋਰਮੈਂਸ, ਕਿਉਂਕਿ ਐਤਕੀ ਜਿਵੇਂ ਹੁਣ ਨਾ ਟਰੈਕਟਰ ਚੱਲਦੇ ਹੁੰਦੇ ਸੀ ਅੱਡ ਅੱਡ ਤੇਲ ਦਾ, ਪਰ ਫਿਰ ਵੀ ਸੇਮ ਹੀ ਖਾਂਦੇ ਸੀ। ਅਤੇ ਹੁਣ ਜਦੋਂ ਝੋਨੇ 'ਚ ਚੱਲਣਗੇ ਤੁਹਾਨੂੰ ਪੂਰਾ ਦੱਸਾਂਗੇ ਵੀ ਕਿੰਨਾ ਤੇਲ ਖਾਧਾ ਇਹਨੇ। ਪਰ ਮੈਨੂੰ ਇੰਨਾ ਪਤਾ ਵਾ ਵੀ ਇਹ ਟਰੈਕਟਰ ਵੀ ਤੇਲ ਸੇਮ ਉਹਦੇ ਜਿੰਨਾ ਹੀ, ਦੋਨੇ ਟਰੈਕਟਰ ਇੱਕੋ ਜਿਹਾ ਤੇਲ ਖਾਂਦੇ, 19-21 ਦਾ ਫਰਕ ਹੋ ਸਕਦਾ, ਬਸ ਉਸ ਤੋਂ ਵੱਧ ਕੋਈ ਫਰਕ ਨਹੀਂ। ਹਾਂ ਬਸ ਕਟਾਈ ਇਹਦੀ ਅਤੇ ਉਹਦੀ ਸੇਮ ਆ, ਦੋਨਾਂ ਕਟਾਈ ਕਟੂਈ ਦੇ ਵਿੱਚ ਕੋਈ ਫਰਕ ਨਹੀਂ ਵੀ ਕਹੀਏ ਆਪਾਂ ਵੀ ਇਹਦੀ ਕਟਾਈ ਘੱਟ ਆ ਜਾਂ ਉਹਦੀ ਨਾ, ਕਟਾਈ ਸੇਮ ਆ ਦੋਨਾਂ ਦੀ ਸੇਮ। ਅਤੇ ਪਰਫੋਰਮੈਂਸ ਉਹਦੀ ਥੋੜ੍ਹੀ ਜਿਹੀ ਕੁਆਲਿਟੀ ਡਾਊਨ ਸੀਗੀ ਅਰਜਨ ਦੀ, ਵੀ ਰੰਗ ਦੀ ਕੁਆਲਿਟੀ ਹੈ ਨਾ, ਇੱਕ ਰੰਗ ਦੀ ਕੁਆਲਿਟੀ, ਦੋ ਤਿੰਨ ਚੀਜ਼ਾਂ 'ਚ ਪ੍ਰੋਬਲਮ ਸੀ ਉਹ ਚਲੋ ਸੌਰਟ ਆਊਟ ਹੋ ਗਈਆਂ। ਅਤੇ ਇਹ ਟਰੈਕਟਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਬਈ, ਇਹ ਟਰੈਕਟਰ ਹੋ ਗਿਆ, ਅਰਜਨ ਹੋ ਗਿਆ, 53 ਆਪਣਾ 52-10 ਹੋ ਗਿਆ, ਅਤੇ 855 ਵੀ ਮੈਨੂੰ ਲੱਗਦਾ, ਉਹ ਇਹ ਸਾਰੇ ਇੱਕੋ ਕੈਟਾਗਰੀ ਦੇ ਟਰੈਕਟਰ ਆ, ਸਾਰੇ ਟਰੈਕਟਰ ਇੱਕੋ ਵਧੀਆ ਚੱਲਦੇ ਆ। ਜੇ ਇਹ ਸਾਰੇ ਟਰੈਕਟਰ ਇਕੱਠੇ ਚੱਲਦੇ ਹੋਣ ਮੈਨੂੰ ਲੱਗਦਾ ਮਾੜਾ ਮੋਟਾ ਹੀ ਸਾਰਿਆਂ ਦਾ ਤੇਲ ਦਾ ਫਰਕ ਹੋਊਗਾ, ਕੋਈ ਬਾਹਲਾ ਜ਼ਿਆਦਾ ਫਰਕ ਨਹੀਂ ਹੋਣਾ ਇਹ ਸਾਰੇ ਟਰੈਕਟਰਾਂ ਦੇ ਵਿੱਚੋਂ ਹੈ ਨਾ। ਅਤੇ ਆਹ ਟਰੈਕਟਰ ਆਪਣਾ ਟਰਾਲੀ 'ਤੇ ਬਹੁਤ ਵਧੀਆ ਚੱਲਦਾ, ਟਰਾਲੀ 'ਤੇ ਤਾਂ ਇਹਦੇ ਵਰਗਾ ਨਜ਼ਾਰਾ ਨਹੀਂ, 37-30 ਵਰਗਾ ਹੈ ਨਾ, ਅਤੇ ਬਹੁਤ ਸੋਹਣਾ ਵਾ ਪ੍ਰਾਈਜ਼। ਹਾਂ ਜੇ ਆਪਾਂ ਪੈਸਿਆਂ 'ਚ ਕੰਪੇਅਰ ਕਰਦੇ ਹਾਂ ਤਾਂ ਪੈਸਿਆਂ ਦੇ ਵਿੱਚ ਇਹ ਉਹਦੇ ਨਾਲੋਂ 2 ਲੱਖ ਮਹਿੰਗਾ ਹੋਊਗਾ, ਆਮ ਨੋਰਮਲ 2 ਲੱਖ ਰੁਪਇਆ ਮਹਿੰਗਾ ਉਹਦੇ ਨਾਲ ਹੈ ਨਾ। ਅਤੇ ਹਾਂ ਬਸ ਇੱਕ ਗੱਲ ਆ ਕਿ ਇਹਦੇ ਛਤਰੀ ਲੱਗੀ ਲਗਾਈ ਆਉਂਦੀ ਆ, ਜੇ ਆਪਾਂ ਆਮ ਕੰਮ ਲੈਣਾ ਵੀ ਰੋਟਾ ਬੂਟਾ ਵੇਟਰ ਚਲਾਉਣਾ ਤਾਂ ਇਹਦੇ ਮੂਹਰੇ ਵੇਟ ਬੂਟ ਲਾਉਣ ਦੀ ਇੰਨੀ ਛੇਤੀ ਲੋੜ ਨਹੀਂ ਪੈਂਦੀ, ਆਪਾਂ ਉਵੇਂ ਵੀ ਚਲਾ ਸਕਦੇ ਹਾਂ ਨਾ। ਅਤੇ ਅਰਜਨ ਮੂਹਰੇ ਕੁਛ ਨਹੀਂ ਆਉਂਦਾ, ਉਹ ਬਿਨਾਂ ਸਾਰੇ ਸਮਾਨ ਤੋਂ 9 ਲੱਖ, ਆਪਣਾ 9 ਲੱਖ ਉਦੋਂ 25,000 ਦਾ ਆਇਆ ਸੀ ਅਤੇ ਇਹਦੀ ਕੀਮਤ ਉਸ ਟਾਈਮ 10-80 ਸੀ। ਅਤੇ ਹੁਣ ਤੁਸੀਂ ਦੋਨਾਂ ਨੂੰ ਕੰਪੇਅਰ ਕਰ ਲਓ, ਅਤੇ ਇਹਦੇ ਛਤਰੀ ਲੱਗੀ ਲਗਾਈ ਸੀ ਉਹਦੇ ਕੁਛ ਨਹੀਂ ਸੀ ਨਾਲ ਆਪਾਂ ਲਿਆ ਹੈ ਨਾ। ਅਤੇ ਹੁਣ ਤੁਸੀਂ ਇਹਦੇ ਇਹਨਾਂ ਦਾ ਦੋਨਾਂ ਦੀ ਪਰਫੋਰਮੈਂਸ ਜਾਣੀ ਕਿ ਵਧੀਆ ਸੀ, ਤੇਲ ਖਰਚਾ ਐਨ ਪੂਰੀ ਤੇਲ ਦੀ ਤਾਂ ਹੁਣ ਬਰੀਕੀ ਬਰੀਕੀ ਜਾਣਕਾਰੀ ਹੁਣ ਦੇਵਾਂਗੇ। ਜਿਵੇਂ ਹੁਣ ਮੈਂ ਤੁਹਾਨੂੰ ਰੰਗ ਦਿਖਾਵਾਂ, ਅਤੇ ਆਹ ਦੇਖੋ ਆਹ ਇਹਦਾ ਰੰਗ ਲੈ ਗਿਆ ਸੀ ਰਿੰਮਾਂ ਦੀਆਂ ਕਿਨਾਰੀਆਂ ਤੋਂ, ਅਤੇ ਹੋਰ ਵੀ 1-2 ਜਗ੍ਹਾ ਤੋਂ ਰੰਗ ਲਿਆ ਸੀ, ਅਤੇ ਇਹਦਾ ਰੰਗ ਨਹੀਂ ਲਿਆ ਹੈ ਨਾ, ਇਹਦਾ ਸਹੀ ਸੀਗਾ ਰੰਗ। ਅਤੇ ਹਾਂ ਜਿਵੇਂ ਇੱਕ ਗੱਲ ਹੈਗੀ ਆ, ਇਹ ਉਹ ਟਰੈਕਟਰ ਦਾ ਪਲੇਟਫਾਰਮ ਖੁੱਲ੍ਹਾ ਵਾ, ਚਲਾਉਣ 'ਚ ਆਰਾਮਦਾਇਕ ਆ ਇਹਦੇ ਨਾਲ ਯਾਰ। ਆ ਮੇਰੇ ਵਰਗੇ ਤਾਂ ਹੁਣ ਗੋਡਾ ਲੱਗਣ ਲੱਗ ਗਿਆ, 'ਚ ਗੋਡਾ ਫਸੀ ਜਾਂਦਾ ਇਹ 'ਚ ਜਦੋਂ ਰੇਸ ਇੱਥੇ ਤੱਕ ਖਿੱਚ ਦਿੰਦੇ ਹਾਂ। ਆਹ ਦੇਖੋ ਹੁਣ ਦੇਖੋ ਆਹ ਦੇਖੋ ਸਮਝ ਲਓ ਵੀ ਇਹ ਆਹ ਪਹਿਲਾ ਗੇਅਰ ਆ ਅਤੇ ਆਹ ਦੇਖੋ ਰੇਸ ਆ ਹੈ ਨਾ, ਚਲੋ ਇੱਥੇ ਕੁ ਤੱਕ ਤਾਂ ਚੱਲੂਗੀ ਰੇ, ਹੁਣ ਦੱਸੋ ਵੀ ਇਹ ਕਿੱਦਾਂ ਬੰਦਾ ਚਲਾਓ, ਕਿਵੇਂ ਚੱਲੇ ਦੱਸੋ, ਬੰਦਾ ਲੱਤ ਕੱਢੇ ਤਾਂ ਕਿੱਥੇ ਕੱਢੇ। ਆਹ ਦੇਖ ਆਹ ਬ੍ਰੇਕ ਆ, ਆਹੋ ਇਹ ਚੀਜ਼ਾਂ ਬਿਲਕੁਲ ਨਹੀਂ ਦੇਖਦੀਆਂ ਕੰਪਨੀਆਂ ਕਿ ਪਤੰਦਰੋਂ ਘੱਟੋ ਘੱਟ ਉੱਤੇ ਬਹਿ ਕੇ ਤਾਂ ਦੇਖ ਲਓ ਟਰੈਕਟਰ ਦੇ, ਆਪ ਹੀ ਉੱਤੇ ਬਹਿ ਕੇ ਦੇਖ ਲਓ, ਕਮਰੇ 'ਚ ਬਹਿ ਕੇ ਤਾਂ ਤੁਸੀਂ ਇਹਨੂੰ ਚੱਕ ਤਾ ਪਲੇਟਫਾਰਮ ਉੱਚਾ ਕਰਤਾ, ਜਾਂ ਤਾਂ ਤੁਸੀਂ ਗੇਅਰ ਦਾ ਹੀ ਕੁਛ ਕਰ ਲਓ ਜਾਂ ਕੁਛ ਨਾ ਕੁਛ ਤਾਂ ਦੇਖੋ ਹੈ ਨਾ ਵੀ ਆਹ ਕਿਵੇਂ ਬੈਠੋ। ਇਹ ਚੀਜ਼ਾਂ ਕੁਛ ਨਹੀਂ ਦੇਖਦੀਆਂ,
ਬਸ ਚੱਕਿਆ ਚੱਕ ਕੇ ਟਰੈਕਟਰ ਦਾ ਪਲੇਟਫਾਰਮ ਉੱਚਾ ਕਰਤਾ ਠੋਕਤਾ ਅਤੇ ਇਹ ਚੀਜ਼ਾਂ ਨਹੀਂ ਹੁੰਦੀਆਂ। ਹਾਂ ਇਹਦੀ ਹੁਣ ਮੈਂ ਤੁਹਾਨੂੰ ਦੱਸਾਂ ਇਹਦੀ ਨਾ ਇੱਥੇ ਐੱਲ ਈ ਡੀ ਉਹ ਆ ਲਾਈਟ ਜਿਵੇਂ ਗੱਡੀਆਂ ਦੇ ਚੱਲਦੀ ਰਹਿੰਦੀ ਆ ਉਹ ਇਹਦੇ ਸੁੱਚ ਸੀ ਉਹ ਸੁੱਚ ਆਪਣੀ ਪਹਿਲੇ ਦਿਨ ਹੀ ਟੁੱਟ ਗਈ। ਆਹ ਦੇਖ ਕਿਉਂ ਕਿਉਂਕਿ ਇਹ 'ਚ ਗੋਡਾ ਵੱਜਦਾ ਉੱਧਰੋਂ ਗੋਡਾ ਵੱਜਦਾ ਇਹ 'ਚ ਸੁੱਚ ਪਹਿਲੇ ਦਿਨ ਹੀ ਟੁੱਟ ਗਈ ਨਾਲੇ ਮੈਂ ਨਹੀਂ ਸੀ ਚਲਾਉਂਦਾ ਜੰਬੀ ਬਾਈ ਚਲਾਉਂਦਾ ਜੀ ਉਹਦਾ ਗੋਡਾ ਵੱਜਿਆ ਅਤੇ ਟੁੱਟ ਗਈ। ਅਤੇ ਇਹ ਜਿਹੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਹੈਗਾ ਵਾ ਕਿ ਦੇਖ ਕੇ ਨਹੀਂ ਕੰਪਨੀਆਂ ਕੁਛ ਵੀ ਕਰਦੀਆਂ ਅਤੇ ਬਾਕੀ ਤਾਂ ਚਲੋ ਸਾਰਾ ਕੁਛ ਸਹੀ ਹੈ ਜਿੱਦਾਂ ਵੀ ਹੈਗਾ। ਅਤੇ ਫੋਰ ਵੀਲ ਵੀ ਬਹੁਤ ਵਧੀਆ ਚੱਲਿਆ ਇਹਦਾ ਪਲੇਟਫਾਰਮ ਉੱਚਾ ਕਰਤਾ ਵੀ ਟਰੈਕਟਰ ਨੂੰ ਥੋੜ੍ਹਾ ਯਾਰ ਖੁੱਲ੍ਹਾ ਮਗਰਾਲ ਮਗਰੂੜ ਮੜ ਜੇ ਸਾਈਡਾਂ ਸੂਡਾਂ ਤੁਹਾਨੂੰ ਕੱਢ ਕੇ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਸੀ ਵੀ ਉਹ ਜਿਵੇਂ ਸੀਗਾ। ਇੱਕ ਇਹਦੀ ਆਹ ਸੁੱਚ ਜਿਹੜੀ ਇਹਨਾਂ ਨੇ ਬਦਲੀ ਆ ਨਾ ਇਹ ਬਹੁਤ ਬੇਕਾਰ ਗੱਲ ਆ ਕਿਉਂਕਿ ਸਾਲੀ ਉਹ ਸੁੱਚ ਹੀ ਤਾਂ ਟੌਰ ਸੀ ਹੋਲੈਂਡ ਦੀ ਜਿਹੜੀ ਇਹਨਾਂ ਨੇ ਬਦਲ ਕੇ ਧਰਤੀ ਠੀਕ ਆ ਸੁੱਚ ਨਹੀਂ ਸੀ ਬਦਲਣੀ ਚਾਹੀਦੀ ਸੁੱਚ ਤਾਂ ਉਹੀ ਚਾਹੀਦੀ ਸੀ। ਅਤੇ ਬਾਕੀ ਬਾਈ ਸਪੈਸ਼ਲ ਐਡੀਸ਼ਨ ਤਾਂ ਸਪੈਸ਼ਲ ਐਡੀਸ਼ਨ ਹੀ ਆ ਹੈ ਨਾ ਨੌਂ ਚੱਲਦਾ ਮਾਰਕ ਆ ਇਹਦਾ ਸਮਝ ਲਓ ਬਾਲੇ ਵੀਰਿਆਂ ਨੂੰ ਪਿਆਰ ਆ। ਆਹ ਦੇਖੋ ਆਹ ਰਿੰਮਾਂ ਦੇ ਝਰੀਟਾਂ ਪੈ ਗਈਆਂ ਸੀ ਕਿਉਂ ਕਿਉਂਕਿ ਇਹ ਮੱਕੀ ਵਾਲੇ ਖੱਤਿਆਂ 'ਚ ਹੀ ਬਾਈ ਚੱਲਿਆ ਹੋਰ ਤਾਂ ਕੀ ਹੋਣਾ ਸੀਗਾ ਅਤੇ ਚੱਲਿਆ ਵੀ ਚੱਲ ਤਾਂ ਕਾਫੀ ਗਿਆ ਸੀਗਾ। ਹਾਂ ਇਹ 300 ਘੰਟਾ ਚੱਲਿਆ ਹੋਇਆ ਵਾ 300 ਘੰਟਾ ਆਪਣਾ ਚੱਲ ਗਿਆ ਸੀ। ਪਿੱਤਰ ਇਹਦਾ ਆਹ ਸਮਾਰ ਕੇ ਬੰਦ ਕਰਨ ਵਾਲੀ ਆ ਸ਼ੋ ਤਵੀਆਂ ਜਿਵੇਂ ਫੋਰ ਵੀਲ ਆ ਤਾਂ 20 ਖਿੱਚ ਲੂ 22 ਵੀ ਖਿੱਚ ਲੂ ਹਨਾ ਜੇ ਫੋਰ ਵੀਲ ਕਰਕੇ ਤੇ ਜੇ ਬਾਹਲੇ ਗਿੱਲੇ ਬਾਣ ਆ ਉਹ ਚ 20 ਖਿੱਚੂ ਪੂਰੀਆਂ ਟੌਪ ਦੀਆਂ ਜੇ ਚਲੋ ਥੋੜ੍ਹੇ ਜਿਹੇ ਹੈਗੇ ਆ ਰੇਮ ਬਾਣ ਅਤੇ ਉੱਥੇ ਖਿੱਚੂਗਾ 22 ਜਾਂ 24 ਖਿੱਚ ਲਓ ਅਤੇ ਪਰ ਜਿਹੜੀਆਂ ਟਾਇਰਾਂ ਬਾਕੀ ਆਪੋ ਆਪਣੇ ਏਰੀਆ ਦਾ ਫਰਕ ਹੁੰਦਾ ਹੈ ਨਾ ਕਿਸੇ ਏਰੀਏ ਦੇ ਵਿੱਚ ਕਿਹੋ ਜਿਹਾ ਬਾਣ ਆ ਕਿਸੇ ਏਰੀਏ ਦੇ ਵਿੱਚ ਕਿਹੋ ਜਿਹਾ ਬਾਣ ਆ ਹੈ ਨਾ ਅਤੇ ਉਸ ਹਿਸਾਬ ਦਾ ਅੱਡ ਅੱਡ ਹੁੰਦਾ ਅਤੇ ਪਰ ਇਹ ਤਵੀਆਂ ਹਾਂ ਇਹ ਸਲੈਪ ਨਹੀਂ ਮਾਰਦਾ ਨਾ ਇਹ ਸਲੈਪ ਮਾਰਦਾ ਨਾ ਉਹ ਸਲੈਪ ਮਾਰਦਾ। ਜੌਂਡੀਅਰ ਦੇ ਵਿੱਚ ਇਹ ਸਭ ਤੋਂ ਭੈੜੀ ਇੱਕ ਗੱਲ ਆ ਕਿ ਜਿਹੜਾ ਜੌਂਡੀਅਰ ਆ ਉਹਨੂੰ ਲੈਣ ਸਾਰ ਪਹਿਲਾਂ ਉਹਦੇ 'ਤੇ ਖਰਚਾ ਕਰਨਾ ਪੈਂਦਾ ਬੇਟਾਂ 'ਤੇ ਮੂਹਰੇ ਬੇਟ ਲਾਭ ਉਹ ਮਗਰ ਬੇਟ ਲਾਭ ਉਹ ਆਉਣਾ ਇਹ ਦੋਨਾਂ ਤੋਂ ਮਹਿੰਗਾ ਆਉਣਾ। ਜੌਂਡੀਅਰ ਆਉਂਦਾ ਵਾ 12 ਲੱਖ 11 ਲੱਖ ਤੋਂ ਉੱਪਰ ਆਉਂਦਾ ਜਿਹੜਾ ਹੁਣ ਆਪਣਾ ਹੈਗਾ ਵਾ 52-10 ਹੈ ਨਾ ਅਤੇ ਹਾਂ ਕੁਆਲਿਟੀ 'ਚ ਦੋਨਾਂ ਤੋਂ ਉੱਤੇ ਹੋਊਗਾ ਇਹਨਾਂ 'ਚੋਂ ਕੁਆਲਿਟੀ ਵਾਈਜ਼ ਹੈ ਨਾ ਅਤੇ ਪਰ ਉਹ ਤਾਂ ਬਾਈ ਯਾਨੀ ਕਿ 11 ਲੱਖ ਤੋਂ ਉੱਪਰ ਲਾ ਗਏ ਜੇ ਆਪਾਂ ਫੋਰ ਵੀਲ ਲੈਂਦੇ ਹਾਂ ਫੋਰ ਵੀਲ ਨੂੰ ਮੂਹਰੇ ਬੇਟ ਤਾਂ ਜ਼ਰੂਰੀ ਆ ਲਾਜ਼ਮੀ ਚਾਹੇ ਇਹਨਾਂ ਦੇ ਹਜੇ ਘੱਟ ਆ ਪਰ ਜੌਂਡੀਅਰ ਦੇ ਤਾਂ ਲਾਉਣੇ ਪੈਂਦੇ ਆ ਵੇਟ ਹੈ ਨਾ ਜੌਂਡੀਅਰ ਦੇ ਮੂਹਰੇ ਬੇਟ ਵੀ ਚਾਹੀਦੇ ਆ ਮਗਰ ਵੀ ਚਾਹੀਦੇ ਆ ਅਤੇ ਫਿਰ ਆਪਾਂ ਨੂੰ ਛਤਰੀ ਦਾ ਵੀ ਹੋ ਜਾਂਦਾ ਵੀ ਯਾਰ ਛਤਰੀ ਵੀ ਲਾਉਣੀ ਹੈ ਨਾ ਅਤੇ ਇਸ ਚੱਕਰ ਦੇ ਵਿੱਚ ਜੌਂਡੀਅਰ ਤੋਂ ਇਹ ਅਰਜਨ ਜੇ ਹੁਣ ਜੌਂਡੀਅਰ ਦੇ ਮੁਕਾਬਲੇ ਅਰਜਨ ਲਾਈਏ ਅਰਜਨ 4 ਲੱਖ ਰੁਪਏ 9 ਅਤੇ 9, 10, 11, 12 ਹਾਂ ਅਰਜਨ 3-3.5 ਲੱਖ ਰੁਪਇਆ ਸਸਤਾ ਪਊਗਾ ਆਪਣੇ ਜੌਂਡੀਅਰ ਤੋਂ ਇਹ ਪਊਗਾ 2 ਲੱਖ ਰੁਪਏ ਸਸਤਾ ਕਿਉਂਕਿ ਇਹਨਾਂ 'ਤੇ ਵੇਟਾਂ ਬੂਟਾਂ ਦੀ ਲੋੜ ਨਹੀਂ ਪੈਂਦੀ ਛੇਤੀ
ਛੇਤੀ ਕਿਤੇ ਹੈ ਨਾ, ਅਤੇ ਜੌਂਡੀਅਰ ਵੇਟਾਂ ਤੋਂ ਬਿਨਾਂ ਚੱਲਦਾ ਨਹੀਂ, ਅਤੇ ਤਿੰਨਾਂ ਦੀ ਪਰਫੋਰਮ, ਹਾਂ ਜੌਂਡੀਅਰ ਇਹਨਾਂ ਦੋਨਾਂ ਤੋਂ ਰੋਟਾਵੇਟਰ 'ਤੇ ਬੈਸਟ ਚੱਲਦਾ ਹੋਊਗਾ, ਇਹ ਮੈਂ ਗੱਲ ਲਿਖ ਕੇ ਕਹਿੰਦਾ, ਕਿਉਂਕਿ ਜੌਂਡੀਅਰ ਦੀ PTO ਪਾਵਰ ਇਹਨਾਂ ਤਿੰਨਾਂ ਤੋਂ ਵਧੀਆ, ਦੋਨਾਂ ਤੋਂ ਵਧੀਆ। ਅਤੇ ਬਾਕੀ ਹੁਣ ਚੱਲੇ ਤਾਂ ਪਤਾ ਲੱਗੂ ਤੁਹਾਨੂੰ, ਰੋਟਾਵੇਟਰ ਇਕੱਠੇ ਚੱਲਿਆ ਕਰਨਗੇ। ਹੁਣ ਅਸਲੀ ਰੋਟਾਵੇਟਰਾਂ ਦਾ ਜ਼ੋਰ ਤਾਂ ਪੜਾਓ 'ਤੇ ਹੀ ਪਤਾ ਲੱਗਦਾ, ਜਦੋਂ ਪੜਾਓ ਦੇ ਉੱਤੇ ਫਿਰਨਾ ਉਦੋਂ ਹੀ ਪਤਾ ਲੱਗਦਾ, ਉਦੋਂ ਬਿਨਾਂ ਨਹੀਂ ਪਤਾ ਲੱਗਦਾ। ਅਤੇ ਬਾਕੀ ਹੁਣ ਤੁਹਾਨੂੰ ਜਦੋਂ ਸੀਜ਼ਨ ਬਸ ਆਉਣ ਵਾਲਾ ਹੀ ਆ ਥੋੜ੍ਹੇ ਦਿਨਾਂ 'ਚ, ਅਤੇ ਫਿਰ ਚੱਲਣਗੇ, ਫਿਰ ਤੁਹਾਨੂੰ ਪੂਰਾ ਫੁੱਲ ਰਿਵਿਊ ਦੇਵਾਂਗੇ। ਬਾਕੀ ਟਰੈਕਟਰ ਯਾਰ ਕੋਈ ਨਹੀਂ ਮਾੜਾ ਹੁੰਦਾ ਵੀਰੇ, ਜਿਹਦੇ 'ਤੇ ਆਪਾਂ ਪੈਸੇ ਲਾਉਣੇ ਆ, ਕੋਈ ਟਰੈਕਟਰ ਮਾੜਾ ਨਹੀਂ, ਚਾਹੇ ਤੁਸੀਂ ਆਹ ਲਵੋ, ਅਰਜਨ ਲਵੋ, ਮੈਸੀ ਲਵੋ, ਸਵਰਾਜ ਲਵੋ, ਫਾਰਮ ਟਰੈਕ ਲਵੋ, ਜਿਹੜਾ ਮਰਜ਼ੀ ਲਵੋ, ਜਿਹਤੇ ਆਪਾਂ ਪੈਸੇ ਲਾ ਕੇ ਟਰੈਕਟਰ ਲੈਣਾ, ਉਹ ਕੋਈ ਵੀ ਟਰੈਕਟਰ ਮਾੜਾ ਨਹੀਂ ਹੈਗਾ, ਠੀਕ ਨਹੀਂ। ਅਤੇ ਸਾਰੇ ਟਰੈਕਟਰ ਪੂਰੇ ਵਧੀਆ ਦੇ ਵਧੀਆ ਵਾ, ਇਉਂ ਨਾ ਸੋਚਿਆ ਕਰੋ ਵੀ ਆਹ ਟਰੈਕਟਰ ਹੀ ਵਧੀਆ, ਨਹੀਂ, ਤੁਹਾਡੀ ਪਸੰਦ, ਇਹ ਮੈਂ ਹਮੇਸ਼ਾ ਵਾਰ ਵਾਰ ਕਹਿੰਦਾ,